ਬੇਨਤੀ ਬੁਰੇਈ ਸੌ ਦੇ ਆਈਐਸ ਵਗੈਰਾ ਜੋ ਬੇਨਤੀ ਕਰਾਂਗਾ ਉਸ ਨੂੰ ਪਾਓ ਦੇਣਗੇ ਸ਼ਾਂਤ ਬੰਧੂ ਜੀ ਦੇ ਮਾਤਾ ਜੀ ਨੂੰ ਉਹ ਵੀ ਆ ਕਰਕੇ ਨਾਲ ਸੰਗਤ ਰਾਮ ਜੀ ਨੂੰ ਬੇਨਤੀ ਉਹ ਵੀ ਨਾਲ ਹੁੰਦਾ ਜਾ ਬੁਰੇਈ ਸੌ ਨਿਹਾਲ ਸ਼ਾਂਤ ਬੰਧੂ ਜੀ ਨੂੰ ਬੇਨਤੀ ਉਹ ਵੀ ਨਾਲ ਆ ਕਰਕੇ ਇੱਕ ਯਾਦਗਾਰ ਤਸਵੀਰ ਕਹਿੰਦੇ ਬੜੇ ਮੀਆਂ ਤੋਂ ਬੜੇ ਮੀਆਂ ਛੋਟੇ ਮੀਆਂ ਸੰਭਾਲ ਬਹੁਤ ਇਹਨਾਂ ਨੂੰ ਲੱਗ ਪੈਂਦੇ ਜਸਵੰਤ ਸਿੰਘ ਜੀ ਭਾਈ ਸਾਹਿਬ ਭਾਈ ਮੇਜਰ ਸਿੰਘ ਜੀ ਤੇਜਿੰਦਰ ਸਿੰਘ ਜੀ ਸਰਬਜੀਤ ਸਿੰਘ ਜੀ ਸਾਬੀ ਵੀਰ ਜੀ ਗੋਬਿੰਦ ਸਿੰਘ ਜੀ ਨੂੰ ਬੇਨਤੀ ਹੈ ਉਹ ਯਾਦ ਰੱਖੇ ਨਾਲ ਮੰਚ ਤੇ ਸਨਮਾਨ ਕੀਤੇ ਜਾ ਰਹੇ ਨੇ ਸਾਰੇ ਨਾਲ ਆ ਜਾਓ ਆ ਕੇ ਨਾਲ ਸ਼ਿਰਕਤ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸਿੰਘ ਜੀ ਜੋ ਦਸਵਾਂ ਰਾਗ ਰਤਨ ਕੀਰਤਨ ਦਰਬਾਰ ਸਤਿਗੁਰਾਂ ਦੀ ਪਾਰ ਬਖਸ਼ਿਸ਼ ਦੇ ਨਾਲ ਆਰੰਭਿਆ ਸੀ ਉਹ ਅੱਜ ਨਿਗਰਵੰਤ ਨਿਰਵਿਘਨਤਾ ਸਹਿਤ ਸਮਾਪਤੀ ਹੋਈ ਹੈ ਸੱਚੇ ਪਾਤਸ਼ਾਹ ਦੀ ਪਾਰ ਬਖਸ਼ਿਸ਼ ਹੋਈ ਹੈ ਦੋ ਦਿਨ ਦਾ ਰਾਗ ਦਰਬਾਰ ਸੀ ਅਤੇ ਇੱਕ ਦਿਨ ਦੁਪਹਿਰੇ ਅੱਜ ਬੱਚਿਆਂ ਦਾ ਕਾਲਜਾਂ ਦਾ ਕੰਪੀਟੀਸ਼ਨ ਸੰਪੰਨ ਹੋਇਆ ਹੈ ਅਤੇ ਸਤਿਗੁਰੂ ਮਿਹਰ ਕਰਨ ਇਹ ਸਾਰਾ ਪ੍ਰੋਗਰਾਮ ਸਮੂਹ ਸਾਧ ਸੰਗਤ ਦੇ ਆਸ਼ੀਰਵਾਦ ਦੇ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜਥੇਬੰਦੀਆਂ ਸਭਾ ਸੁਸਾਇਟੀਆਂ ਅਤੇ ਸਾਡੇ ਸਤਿਕਾਰਯੋਗ ਵੀਰ ਲੱਕੀ ਜੀ ਅਤੇ ਪਿਆਰੇ ਬੱਗਾ ਜੀ ਅਤੇ ਸਾਰੀ ਮਿੱਠੂ ਬਸਤੀ ਦੀ ਸਾਧ ਸੰਗਤ ਜਿਨ੍ਹਾਂ ਨੇ ਬੜਾ ਪੂਰਨ ਸਹਿਯੋਗ ਨੌਜਵਾਨਾਂ ਨੇ ਦਿੱਤਾ ਭੱਜ ਭੱਜ ਕੇ ਅਤੇ ਸਾਰੇ ਕਾਰਜ ਕੀਤੇ ਹਨ ਭੱਜ ਕੇ ਕੰਮ ਕਾਰ ਕੀਤੇ ਹਨ ਸੱਚੇ ਪਾਤਸ਼ਾਹ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀਆਂ ਦੇ ਰੋਗਤਾ ਦਾਤ ਬਖਸ਼ਿਸ਼ ਕਰਨ ਅਤੇ ਗੁਰਮਤਿ ਕੀਰਤਨ ਅਤੇ ਗੁਰਮਤਿ ਸੰਗੀਤ ਦੇ ਨਾਲ ਜੋੜਨ ਸਭ ਤੋਂ ਵੱਡਾ ਸਾਡਾ ਮਿਸ਼ਨ ਹੀ ਇਹ ਹੈ ਕਿ ਇਸ ਕੀਰਤਨ ਦਰਬਾਰ ਕਰਨ ਦਾ ਫਾਇਦਾ ਹੀ ਇਹ ਹੈ ਲਾਭ ਹੀ ਹੈ ਕਿ ਬੱਚੇ ਕੀਰਤਨ ਦੇ ਨਾਲ ਜੁੜਨ ਅਤੇ ਇਸ ਕੀਰਤਨ ਤੋਂ ਵੱਡੇ ਵੱਡੇ ਗੁਣੀ ਜਨ ਜਿਹੜੇ ਆ ਕੇ ਇੱਥੇ ਗਾ ਕੇ ਗਏ ਹਨ ਉਹਨਾਂ ਦਾ ਗਾਇਨ ਸੁਣ ਕੇ ਤਬਲਾ ਸੋਲੋ ਜੁਗਲਬੰਦੀਆਂ ਤੰਤੀ ਸਾਜਾਂ ਦੀਆਂ ਬੜੇ ਬੜੇ ਗਵਾਈਆਂ ਨੇ ਕੀਰਤਨੀਆਂ ਨੇ ਕੀਰਤਨ ਕੀਤਾ ਹੈ ਸੋ ਇਸ ਪਲੇਟਫਾਰਮ 'ਤੇ ਉਹ ਕੀਰਤਨੀਆਂ ਆਉਂਦੇ ਹਨ ਜਾਂ ਜਿਹੜੇ ਬੜੇ ਹੀ ਸੁਰੀਲੇ ਕੀਰਤਨੀਆਂ ਹਨ ਸੋ ਉਹਨਾਂ ਦਾ ਕੀਰਤਨ ਸੁਣ ਕੇ ਆਉਣ ਵਾਲੀ ਪੀੜ੍ਹੀ ਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਵੀ ਵੱਡੇ ਹੋ ਕੇ ਜੇ ਛੋਟੇ ਆ ਅਤੇ ਵੱਡੇ ਹੋ ਕੇ ਜਾਂ ਸਿੱਖ ਕੇ ਕਾਮਯਾਬ ਹੋ ਕੇ ਸਾਧਨਾ ਕਰਕੇ ਜਿਹਨੋਂ ਕਾ ਇਸ਼ਕ ਸਾਧਕ ਹੈ ਉਹ ਕਬ ਫਰਿਆਦ ਕਰਤੇ ਹੈ ਲਵੋ ਪੇ ਮੋਰ ਖਾਮੋਸ਼ੀ ਦਿਲੋਂ ਮੈਂ ਯਾਦ ਕਰਤੇ ਹੈ ਸਾਧਕ ਬਣਨਾ ਬੜਾ ਜ਼ਰੂਰੀ ਹੈ ਜਿਹੜੇ ਸਾਧਕ ਬਣ ਜਾਂਦੇ ਹਨ ਰਿਆਜ਼ ਕਰਦੇ ਹਨ ਮਿਹਨਤ ਕਰਦੇ ਹਨ ਅਤੇ ਮਿਹਨਤ ਕਰਕੇ ਰਿਆਜ਼ ਕਰਨਾ ਇੱਕ ਬੰਦਗੀ ਹੈ ਸੋ ਸੱਚੇ ਪਾਤਸ਼ਾਹ ਮਿਹਰ ਕਰਨ ਇਹ ਬੰਦਗੀ ਇਹ ਰਿਆਜ਼ ਸਾਧਨਾ ਇਹ ਆਉਣ ਵਾਲੇ ਬੱਚਿਆਂ ਨੂੰ ਜਿਹੜੇ ਸੰਗੀਤ ਦੇ ਵਿੱਚ ਤਰੱਕੀ ਕਾਮਯਾਬੀ ਹਾਸਲ ਕਰ ਰਹੇ ਹਨ ਸੱਚੇ ਪਾਤਸ਼ਾਹ ਉਹਨਾਂ ਨੂੰ ਹੋਰ ਬੁਲੰਦੀਆਂ ਬਖਸ਼ਿਸ਼ ਕਰਨ ਅਤੇ ਅਗਲੇ ਸਾਲ 11ਵੇਂ ਰਾਗ ਰਤਨ ਕੀਰਤਨ ਦਰਬਾਰ ਦੇ ਵਿੱਚ ਮਿਲਾਂਗੇ ਜੀ ਸੱਚੇ ਪਾਤਸ਼ਾਹ ਸਭ ਨੂੰ ਦਰੋਂ ਕਰੋ ਖੁਸ਼ੀਆਂ ਪ੍ਰਦਾਨ ਕਰਨ ਅਤੇ ਆਓ ਬੜੇ ਪਿਆਰ ਦੇ ਨਾਲ ਸਭ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਰ ਸਾਧ ਦੀਆ